ਕਹਿੰਦੇ ਨੇ ਸੱਚਾਈ ਇੱਕੋ ਹੀ ਆਉਂਦੀ ਹੈ, ਸੱਚ ਇੱਕੋ ਹੀ ਆਉਂਦਾ ਹੈ, ਕਥਨ ਕਰਨ ਦੇ ਢੰਗ ਅਲੱਗ ਅਲੱਗ ਹੋ ਸਕਦੇ ਨੇ। ਬੁੱਖ ਤੇ ਸਾਰਿਆਂ ਦੇ ਅੰਦਰ ਇੱਕੋ ਹੀ ਹੈ। ਅਸੀਂ ਇਹ ਥੋੜ੍ਹੀ ਕਹਿੰਦੇ ਇਸ ਬੁੱਖ ਦਾ ਨਾਮ ਮੁਸਲਮਾਨ ਹੈ, ਬੁੱਖ ਹਿੰਦੂ ਹੈ, ਬੁੱਖ ਸਿੱਖ ਹੈ, ਬੁੱਖ ਹੈ, ਇਹ ਬੁੱਖ ਬੰਗਾਲੀ ਹੈ, ਬੁੱਖ ਪੰਜਾਬੀ ਹੈ, ਬੁੱਖ ਸਿੰਧੀ ਹੈ, ਬੁੱਖ ਗੁਜਰਾਤੀ ਹੈ, ਬੁੱਖ ਮਹਾਰਾਸ਼ਟਰੀਅਨ ਹੈ, ਬੁੱਖ ਹੈ, ਇਹ ਬੁੱਖ ਹਿੰਦੁਸਤਾਨੀ ਹੈ, ਜਾਪਾਨੀ ਹੈ, ਇਹ ਚਾਈਨੀਜ਼ ਹੈ, ਜਾਂ ਇਹ ਪਾਕਿਸਤਾਨੀ ਹੈ, ਨਹੀਂ, ਬੁੱਖ ਹੈ। ਸਾਰਿਆਂ ਦੇ ਅੰਦਰ ਬੁੱਖ ਤਾਂ ਇੱਕੋ ਜਿਹਾ ਹੈ, ਭੋਜਨ ਇੱਕ ਨਹੀਂ ਹੈ, ਖੁਰਾਕ ਇੱਕ ਨਹੀਂ ਹੈ, ਬੁੱਖ ਨੂੰ ਮਿਟਾਉਣ ਦੇ ਸਾਧਨ ਇੱਕ ਨਹੀਂ ਨੇ।